ਦੀ ਵੈਰਾਈਟੀ ਕਿਦਾਂ ਹੀ ਲੱਗੀ ਹੁਣ ਤੁਹਾਨੂੰ? ਪਤੰਗ ਬਈ ਬਹੁਤ ਘੈਂਟ ਆ, ਸਾਰੀ ਆ ਵੇਲੇ ਪਤੰਗ ਹੀ ਪਤੰਗ ਆ ਵੇ ਵੇਲੇ। ਹੋਰ ਵੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਮੈਂ ਵੀ ਵਧੀਆ। ਤੇ ਹੁਣ ਸੁਬਹਾ ਦੇ 9 ਵੱਜ ਗਏ ਤੇ ਮੈਂ ਨਹਾ ਧੋ ਕੇ ਹੁਣ ਹੀ ਤਿਆਰ ਹੋਇਆ ਹੈਗਾ ਤੇ ਆਹ ਦੇਖੋ ਤਿਆਰ ਵੀ ਕਾਹਦਾ ਹੋਇਆ ਹੈ, ਨਹਾ ਕੇ ਆਇਆ ਤੇ ਵਾਲ ਹੈ ਗਿੱਲੇ ਗਏ ਤੇ ਵਾਲ ਹੁਣ ਆਪਾਂ ਡਰਾਇਰ ਨਾਲ ਸੁਕਾ ਕੇ ਵਾਲ, ਉਸ ਤੋਂ ਬਾਅਦ ਰੋਟੀ ਰੋਟੀ ਮੰਮੀ ਨੇ ਆਲੂ ਦੇ ਪਰੌਂਠੇ ਬਣਾਏ ਹੋਏ ਉਹ ਖਾ ਕੇ ਉਸ ਤੋਂ ਬਾਅਦ ਆਪਾਂ ਦੁਕਾਨ 'ਤੇ ਚੱਲਾਂਗੇ। ਦੁਕਾਨ 'ਤੇ ਅੱਜ ਚਲੱਖੜੀਆਂ ਮੈਂ ਤੁਹਾਨੂੰ ਕੱਲ੍ਹ ਕਹੀ ਨੇ ਭਰਨੇ ਸੀ, ਚਲੱਖੜੀਆਂ ਭਰਨ ਵਾਲੀ ਸਾਰੀਆਂ ਪਈਆਂ ਹਜੇ ਭਰਾਂਗੇ ਜਾ ਕੇ ਚਲੱਖੜੀ ਤੇ ਰਾਮੇ ਨੂੰ ਵੀ ਅੱਜ ਜਲਦੀ ਉੱਧਰ ਦੁਕਾਨ 'ਤੇ ਬੁਲਾ ਲਾਂਗੇ ਪਤੰਗ ਵਾਲੀ। ਅਤੇ ਹੁਣ ਪਹਿਲਾਂ ਆਪਾਂ ਇੱਧਰਲੀ ਦੁਕਾਨ 'ਤੇ ਜਾਂਦੇ ਵੇਹਨੇ ਪਾਣੀ ਵਗੈਰਾ ਭਰਨ ਵਾਲਾ ਹੋਇਆ ਤਾਂ ਪਾਣੀ ਭਰ ਕੇ ਉਸ ਤੋਂ ਬਾਅਦ ਜਾਂਦੇ ਤਾਂ ਮੈਂ ਪਹਿਲਾਂ ਹੁਣ ਰੋਟੀ ਖਾਣਾ ਅਤੇ ਵਾਲ ਸੁਕਾ ਕੇ ਰੋਟੀ ਖਾ ਲਈਏ, ਉਸ ਤੋਂ ਬਾਅਦ ਦੁਕਾਨ 'ਤੇ ਜਾ ਕੇ ਆਪਾਂ ਗੱਲਬਾਤ ਕਰਦੇ ਨਾਲ ਤੁਹਾਨੂੰ ਰਾਮੇ ਦੇ ਵੀ ਦਿਖਾਉਂਦੇ ਜਾ ਕੇ, ਨਾਲੇ ਤੁਹਾਨੂੰ ਜਾ ਕੇ ਰਾਮੇ ਨਾਲ ਵੀ ਗੱਲਬਾਤ ਕਰਾਉਂਦੇ ਰਾਮਾ ਕੀ ਕਰਦਾ ਪਿਆ ਜਾਂ ਫਿਰ ਕੀ ਕਰੀ ਜਾਂਦਾ ਸਾਰਾ ਕੁਝ ਦੇਖਦੇ ਹਾਂ। ਅਤੇ ਬਾਕੀ ਦੁਕਾਨ 'ਤੇ ਪਹੁੰਚ ਜਾਂਦੇ, ਉਸ ਤੋਂ ਬਾਅਦ ਗੱਲਬਾਤ ਕਰਦੇ ਆਪਾਂ। ਆਪਣੇ ਪੰਜਾਬ ਦਾ ਕੋਈ ਜ਼ਿਆਦਾ ਕਰੀਅਰ ਜਾਂਦੇ ਨੀ, ਲੋਕ ਜਵਾਕ ਸਿੱਖਦੇ ਨੀਗੇ, ਇਸ ਕਰਕੇ ਤੁਸੀਂ ਮਾੜਾ ਮੋਟਾ ਖੁਸ਼ ਹੋ, ਕੋਈ ਪਤਾ ਨੀ ਲੱਗਦਾ ਕਿੱਧਰ ਕਿਹੜੇ ਬੰਦੇ ਤੁੱਕਾ ਲੱਗ ਗਿਆ। ਉੱਥੇ ਬੰਦਾ ਉਹਦਾ ਰਿਸ਼ਤੇਦਾਰ ਆ ਡੱਬ ਵਾਲੀ ਦਾ ਬਾਈ, ਉਹਦਾ ਬੱਚਾ ਸਿਰਫ ਕੋਈ 17-18 ਸਾਲਾਂ ਦਾ, ਉਹਨੂੰ DSP ਵੱਲੋਂ ਮੈਡਲ ਮਿਲਿਆ ਸੀ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਤੁਹਾਨੂੰ ਦੱਸ ਰਿਹਾ। ਉਹ ਹੁਣ 21 ਦਾ ਹੋਇਆ ਅਤੇ ਉਹਨੂੰ ਜੋਬ ਹੋ ਗਈ, ਉਹ ਸਿਲੈਕਟ ਹੋ ਗਿਆ। ਤੇਰਾ ਮੈਂ ਖਬਰ ਦੱਸ ਹੁਣ ਇਹਨੂੰ, ਜਿਹੜੀ ਡੋਰ ਵਾਲੀ ਖਬਰ ਦੱਸ ਬਾਈ। ਚੈਨਾ ਡੋਰ ਨਹੀਂ ਚੜ੍ਹਾਉਣੀ ਤੁਸੀਂ ਜਮਾਈ ਜਮਾਈ। ਹੁਣ ਨਿਊਜ਼ ਦੱਸਦੇ ਕਿਹੜੀ ਆਈ ਅੱਜ? ਆ ਬਾਈ ਤੂੰ ਦੱਸ ਬਾਈ। ਜੱਗ ਬਾਣੀ ਦੀ ਖਬਰ ਪੜ੍ਹੀ ਸੀ, ਕਿਸੇ ਅਧਿਕਾਰੀ ਨੇ, ਪੁਲਿਸ ਦੇ ਵੱਡੇ ਅਧਿਕਾਰੀ ਨੇ ਉਹਦੀ ਖਬਰ ਦਿੱਤੀ ਹੋਈ ਸੀ ਬਾਈ, ਜਿਹਦੇ ਤੋਂ ਚਾਈਨਾ ਡੋਰ ਫੜੀ ਗਈ। ਜੇ ਉਹ ਨਾਬਾਲਗ ਆ ਤੇ ਮਾਂ ਪਿਓ ਦੇ ਪਰਚਾ, ਜੇ ਬਾਲਗ ਆ ਤੇ ਉਹ ਬੰਦੇ ਦੇ ਪਰਚਾ 307 ਦਾ। ਜੇ 17 ਸਾਲ ਤੋਂ ਘੱਟ ਉਮਰ ਆ ਤਾਂ ਉਹਦੇ ਮਾਂ ਪਿਓ ਤੇ, ਜੇ 17 ਸਾਲ ਤੋਂ ਵੱਧ ਆ ਫਿਰ 307 ਦਾ ਪਰਚਾ ਉਹ ਬੰਦੇ ਉਹ ਜਵਾਕ ਤੇ ਆਪਦੇ ਤੇ ਪੈਣਾ। ਇਸ ਕਰਕੇ ਪਲਾਸਟਿਕ ਦੀ ਡੋਰ ਨਾ ਵਰਤੋ, ਧਾਗੇ ਵਾਲੀ ਜਾਂ ਬਰੇਲੀ ਡੋਰ ਵਰਤੋ, ਸਭ ਨਾਲ ਬੈਸਟ ਡੋਰ ਹੈਗੀਆਂ ਯਾਰ ਬਾਈ। ਜਿਹੋ ਜਿਹੀ ਤੁਸੀਂ ਕਹੋਗੇ ਉਹੋ ਜਿਹੀ ਮਿਲ ਜੂ, ਪਰ ਕੁਆਲਿਟੀ ਚੰਗੀ ਮਿਲ ਜੂਗੀ, ਪਲਾਸਟਿਕ ਵਾਲੀ ਨਾ ਵਰਤੋ ਬਸ ਬਾਈ। ਯਾਰ ਕਿਸੇ ਨੂੰ ਮਾਰ ਕੇ ਪਹਿਲੋ ਬਾਈ ਸਾਰੇ ਲਾਉਂਦੇ ਸੀ ਇਹ ਡੋਰਾਂ, ਸੂਤ ਦੇ ਸੀ ਲੋਕ ਘਰੇ ਡੋਰਾਂ ਅਡਾਉਂਦੇ ਸੀਗੇ, ਹੁਣ ਲੋਕ ਪੈ ਗਏ ਚੈਣਾ ਦੇ ਮਗਰ, ਇਹਦੇ ਚ ਕੁਛ ਨੀ ਪਿਆ ਬਾਈ, ਬੱਚਾ ਦੀ ਜ਼ਿੰਦਗੀ ਖਰਾਬ ਹੁੰਦੀ ਆ। ਇਸ ਕਰਕੇ ਤੁਹਾਡੇ ਸਾਰਿਆਂ ਨਾਲ ਰਿਕੁਐਸਟ ਹੈ, ਸਾਡੇ ਵੱਲੋਂ ਗੁਜ਼ਾਰਿਸ਼ ਆ, ਪਹਿਲਾਂ ਦਾਦਾ ਬੱਚੇ ਉਦੋਂ ਵੀ ਲੋਕ ਧਾਗੇ ਨਾਲ ਅਡਾਉਂਦੇ ਸੀ, ਹੁਣ ਬੱਚਾ ਇੱਕ ਇੱਕ ਹੁਣ ਪੈਂਦੇ ਚੈਣਾ ਨੂੰ ਪਾਈ ਪਾਈ। ਸਹੀ ਗੱਲ ਆ ਬਾਈ, ਉਹ ਚੈਨਲ ਡੋਰ ਨਾ ਵਰਤੋ, ਖਤਰਨਾਕ ਬਹੁਤ ਆ। ਜੇ ਕਿਸੇ ਦੇ ਵੱਜ ਜਾਂਦੀ ਉਦੋਂ ਬਾਅਦ ਆਪਾਂ ਨੂੰ ਪਤਾ ਲੱਗ ਜਾਏ, ਜੇ ਇਹੀ ਇਹੀ ਕਿਤੇ ਕਾਰਵਾਈ ਆਪਣੇ ਘਰੇ ਹੋ ਜਾਏ ਫਿਰ ਆਪਾਂ ਨੂੰ ਪਤਾ ਲੱਗੂ। ਇਸ ਕਰਕੇ ਤੁਸੀਂ ਵਰਤਣੇ ਬੰਦ ਕਰੋ। ਸੋ ਆਪਾਂ ਹੁਣ ਉਧਰਲੀ ਦੁਕਾਨ ਦੁਕਾਨ ਖੋਲਦੇ ਤੇ ਰਾਮਾ ਵੇਖੋ ਲੱਗਾ ਹੋਇਆ ਕੱਪੜਾ ਮਾਂ ਤੇ ਕਾਊਂਟਰ ਤੇ, ਤੇ ਮੰਦਰ ਹਜੇ ਤੱਕ ਨੇ ਮੰਦਰ ਸਾਫ਼ ਕਰਤਾ ਹੀ ਨਹੀਂ ਰਾਮੇ, ਕੀਤਾ ਮੰਦਰ ਸਾਫ਼? ਮੰਦਰ ਨੇ ਰਾਮੇ ਨੇ ਓਕੇ ਕਰਤਾ ਹੈਗਾ ਤੇ ਬਾਕੀ ਕਾਊਂਟਰ ਵਗੈਰਾ ਸਾਰਾ ਓਕੇ ਕਰਕੇ ਬੈਠਾ ਹੈਗਾ। ਅਤੇ ਮੈਂ ਤਾਂ ਅੱਜ ਹੋ ਗਿਆ ਸੀਗਾ ਲੇਟ, ਅਤੇ ਹੁਣ ਰਾਮਾ ਕਹਿੰਦਾ ਜਿਹੜਾ ਬਾਸਕਟਬਾਲ ਵਾਲਾ ਹੈਗਾ ਜਿਹੜਾ ਰਿੰਗ ਜਿਹਾ ਹੈਗਾ ਇਹਦੇ ਵਿੱਚ ਜਾਲੀ ਪਾਉਣ ਨੂੰ ਕਹਿੰਦੇ, ਇਹ ਜਾਲੀ ਹੁਣ ਪਾ ਦੇ ਨਹੀਂ, ਸ਼ਾਇਦ ਕਸਟਮਰ ਵਗੈਰਾ ਨੂੰ ਕਿਸੇ ਨੂੰ ਦੇਣੀ ਹੋਊਗੀ ਤਾਂ ਕਰਕੇ ਉਹ ਕਸਟਮਰ ਕਹਿ ਗਿਆ ਹੋਵੇ ਜਾਲੀ ਪਾਉਣ ਨੂੰ, ਇਹਨੂੰ ਜਾਲੀ ਪਾਉਣੀ ਨਹੀਂ ਆਈ। ਸੋ ਹੁਣ ਜਾਲੀ ਇੱਕ ਪਾ ਕੇ ਅਤੇ ਉਸ ਤੋਂ ਬਾਅਦ ਆਪਾਂ ਉੱਧਰ ਜਾਵਾਂਗੇ ਦੁਕਾਨ 'ਤੇ। ਅਤੇ ਰਾਮਾ ਹੁਣ ਪਤਾ ਨਹੀਂ ਕੀ ਗੱਲ ਸੁਣਾਈ, ਇਹ ਜਿਹੜਾ ਬੰਦਾ ਸੀਗਾ ਬਾਈ ਸੀਗਾ ਆਪਣੇ ਨਾਲ ਦੀ ਸ਼ੋਪ 'ਤੇ ਹੈਗਾ, ਅਤੇ ਆਹ ਦੇਖੋ ਬਾਈ ਰਾਮਾ ਲਾਉਣ ਲੱਗਾ ਧੂਫ, ਰਾਮੇ ਧੂਫ ਲਾ ਜਲਦੀ ਲਾ, ਇਹ ਯੇ ਜੋਤ ਬੱਤੀ ਕੋ ਆਗ ਲਗਾਈ, ਅਗਨੀ ਪ੍ਰਗਟ ਕੀ, ਅਤੇ ਇਹਨੇ ਧੂਫ ਲਾਤੀ ਹੁਣ ਹੁਣ ਲੱਗਾ, ਸੋਰੀ ਧੂਫ ਨਹੀਂ ਪਹਿਲੋਂ ਜੋਤ ਸੀ, ਧੂਫ ਤਾਂ ਹੁਣ ਲਾਊਗਾ, ਜੋਤ ਇਹਨੇ ਲਾਤੀ ਆ। ਸਕੇਲ ਛੋਟਾ ਕੀ ਵੱਡਾ? ਹੋਰ ਦੱਸ, ਇਹ ਹੁਣ ਧੂਫ ਅਸੀਂ ਵਰਤੂਗਾ, ਧੂਫ ਗੋਲ ਗੋਲ ਕਰਕੇ ਅਤੇ ਲੰਬੀ ਬਣਾ ਕੇ ਉਸ ਤਰ੍ਹਾਂ, ਉਸ ਤੋਂ ਬਾਅਦ ਇਹਨੇ ਬਣਾ ਲੈਣੀ ਆ। ਆ ਦੇਖੋ ਇਹਦਾ ਹਿਸਾਬ ਤਾਂ ਆਏ, ਲੋਕ ਹੱਥਾਂ ਨਾਲ ਕਰਦੇ ਪਰ ਇਹ ਕਾਊਂਟਰ ਨਾਲ ਹੀ ਕਰ ਦਿੰਦਾ ਹੈਗਾ। ਮਨ ਸਾਫ਼ ਚਾਹੀਦਾ ਯਾਰ, ਕੁਛ ਮੇਨ ਤਾਂ ਗੱਲ ਇਹ ਆ, ਮਨ ਸਾਫ਼ ਚਾਹੀਦਾ, ਮਨ ਸਾਫ਼ ਰੱਬ ਮਿਲਦਾ ਹੋਵੇ ਹੈ ਕਿਵੇਂ, ਤੇ ਮੱਛੀਆਂ ਡੱਡਾਂ ਕੱਛੂ ਹਰ ਵਕਤ ਪਾਣੀ 'ਚ ਹੀ ਰਹਿੰਦੇ ਆ ਜੇ ਰੱਬ ਮਿਲਦਾ ਹੋਵੇ, ਜੇ ਨੰਗੇ ਪੈਰੀ ਰੱਬ ਮਿਲਦਾ ਹੋਵੇ ਪਸ਼ੂਆਂ ਦੇ ਭੇਡਾਂ ਦੇ ਜਾਨਵਰਾਂ ਦੇ ਕਿਹੜੇ ਬੂਟ ਪਾਏ, ਜੇ ਨੰਗੇ ਪੈਰੀ ਮਨ ਸਾਫ਼ ਚਾਹੀਦਾ, ਕਦੀ ਕਿਸੇ ਦਾ ਮਾੜਾ ਨਾ ਕਰੋ, ਚਣਾ ਡੋਰ ਨਾ ਲਾਓ, ਕੰਨ ਗਲੋ ਚਾਹੀਦੀ ਆ ਜਿਹੜੀ ਪਾਣੀ ਦੇ ਵਿੱਚ ਪਾ ਕੇ ਜੁੜ ਜਾਂਦੀ ਹੁੰਦੀ ਆ ਮੋਮ ਤੇ ਢਾਲ ਕੇ, ਪੈਲਸਣ ਜੀ ਨਹੀਂ ਆਉਂਦੀ
ਉਹ ਚਾਹੀਦੀ ਬਾਈ ਸਾਹਿਬ ਉਹ ਪੈਨਸਲ ਨਹੀਂ ਉਹ ਖਾਸਮਾ ਉਹ ਗਲੂ ਗਨ ਹੁੰਦੀ ਗਲੂ ਸਟਿੱਕ ਜਿਹੜੀ ਹਾਂ ਗਲੂ ਸਟਿੱਕ ਜਾਏ ਇਹ ਹੈਗੀ ਅੱਜ ਦੀ ਪੰਜਾਬ ਦੀ ਜਨਤਾ ਜਿਹੜੀ ਦਿਮਾਗ ਖਰਾਬ ਕਰੀ ਜਾਂਦਾ ਮਾੜਾ ਸੈੱਟ ਕਰ ਲਾ ਦੱਸ ਇਹ ਸੁੱਖਾ ਕਹਿੰਦਾ ਨਾਈਸ ਬੰਦਾ ਹੈ ਹੈ ਇਹ 4 ਕਿਲੋਮੀਟਰ ਤੋਂ ਇਹਨੂੰ ਸਮੈਲ ਆ ਜਾਂਦੀ ਲੰਗਰ ਕਿੱਥੇ ਲੱਗਿਆ ਵਾ ਸ਼ਹਿਰ 'ਚ ਜਿਹੜੇ ਪਰਚੇ ਹੋਣੇ ਹੈਗੇ ਜਵਾਕਾਂ ਦੇ ਵੀ ਤੇ ਉਹਨਾਂ ਦੇ ਮਾਂ ਪਿਓ ਦੇ ਆਏ ਹੋਣੇ ਹੈਗੇ ਆ ਬਾਕੀ ਕੁਛ ਆਈਟਮਾਂ ਆਪਣੀ ਹੁਣ ਘੰਟੇ ਮਤਲਬ ਸ਼ਾਇਦ 10-15 ਮਿੰਟ ਤੀਕਰ ਆ ਜਾਣੀ ਪਤੰਗ ਦੀ ਵੱਡਾ ਜਿਹੜਾ ਪੌਣਾ ਸਾਈਜ਼ 10 ਵਾਲਾ ਹੈਗਾ ਪਰੀਆਂ ਆਉਣਗੀਆਂ ਮੂਸੇ ਅਤੇ ਹੋਰ ਦੂਜੀਆਂ ਆਈਟਮਾਂ ਆਉਣਗੀਆਂ ਬਾਕੀ ਆਹ ਦੇਖੋ ਕੁਛ ਇੱਦਾਂ ਦੇ ਖਿਲਾਰਾ ਪਾਇਆ ਵੇ ਬਾਕੀ ਆਹ ਤਾਂ ਤੁਹਾਨੂੰ ਮੈਂ ਕੱਲ੍ਹ ਹੀ ਦਿਖਾਈ ਦਿੱਤਾ ਇੱਥੇ ਸਮਾਨ ਲਾਇਆ ਸੀ ਅਤੇ ਆਹ ਵਾਲਾ ਪਤੰਗ ਆਪਾਂ ਇੱਥੇ ਲਾ ਲਿਆ ਹੈਗਾ ਦੇਖੋ ਕੁਛ ਇੱਦਾਂ ਬਾਕੀ ਤੁਸੀਂ ਤੁਹਾਨੂੰ ਪਤਾ ਹੀ ਬਾਕੀ ਸਾਰੀ ਦੁਕਾਨ ਤਾਂ ਤੁਸੀਂ ਦੇਖੀ ਹੋਈ ਆ ਰਹੀ ਗੱਲ ਆਹ ਦੇਖੋ ਪਤੰਗ ਦੀ ਆਹ ਕੁਛ ਇੱਦਾਂ ਢੇਰ ਲਾਇਆ ਵਾ ਹੁਣ ਆਪਾਂ ਸਾਰੀ ਦੁਕਾਨ ਹਜੇ ਬਾਹਰ ਲਾਉਣ ਵਾਲੀ ਪਈ ਆ ਦੇਖੋ ਸਾਰਾ ਹਜੇ ਝਾੜੂ ਵਗੈਰਾ ਲਾ ਕੇ ਉਸ ਤੋਂ ਬਾਅਦ ਦੁਕਾਨ ਲਾਉਂਦੇ ਹਾਂ ਫਿਰ ਤੁਹਾਨੂੰ ਦੁਕਾਨ ਲਾ ਲਈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਅਤੇ ਅੱਜ ਮੈਂ ਤੁਹਾਨੂੰ ਦੱਸਾਂ ਰਾਮੇ ਨੂੰ ਬੁਲਾ ਲੈਣਾ ਬਾਕੀ ਪਤੰਗ ਜਿਹੜੇ ਡੋਰ ਧਾਗੇ ਵਾਲੀ ਜਿਹੜੀ ਭਰਨੀ ਹੈਗੀ ਚਲੱਕੜੀਆਂ 'ਚੋਂ ਉਹ ਭਰ ਕੇ ਉਦੋਂ ਬਾਅਦ ਆ ਦੇਖੋ ਆਹ ਸਾਰਾ ਇੱਕ ਰੁਪਏ ਖਲਾਰਾ ਚੱਕ ਲਈਏ ਉਦੋਂ ਬਾਅਦ ਦਿਖਾਉਂਦੇ ਫਿਰ ਤੁਹਾਨੂੰ ਕਸਟਮਰ ਵਗੈਰਾ ਜਿਹੜੇ ਆਉਣਗੇ ਉਦੋਂ ਵੀਡੀਓ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਇੱਕ ਰੁਪਏ ਪਹਿਲੋਂ ਇਹ 'ਚ ਪਤੰਗ ਵਗੈਰਾ ਚੱਕ ਲਈਏ ਅਤੇ ਬਈ ਆਹ ਦੁਕਾਨ ਤਾਂ ਆਪਾਂ ਸਾਰੀ ਲਾ ਲਈ ਸੀਗੀ ਅਤੇ ਮੀਂਹ ਪੈਣ ਲੱਗ ਗਿਆ ਥੋੜ੍ਹਾ ਜਿਹਾ ਕਣੀਆਂ ਹੀ ਪੈਣ ਲੱਗੇ ਇਸ ਕਰਕੇ ਥੋੜ੍ਹੇ ਥੋੜ੍ਹੇ ਪਤੰਗ ਆਪਾਂ ਮੂਹਰੋਂ ਮੂਹਰੋਂ ਆਪਣੇ ਪਤੰਗ ਸਾਰੇ ਚੱਕੇ ਅਤੇ ਆਹ ਮਗਰਲੀ ਤਾਰ 'ਤੇ ਬੰਨ੍ਹਤੇ ਅਤੇ ਬਾਕੀ ਅੱਗੇ ਉਹ ਦੇਖੋ ਤੰਗ ਹੈਗੀ ਆ ਜਿਹੜੀ ਆਹ ਵਾਲੀ ਪਤੰਗ ਦੀ ਤੰਗ ਹੈਗੀ ਇਹ ਮੂਸੇ ਵਾਲਾ ਸਾਰੀ ਤੰਗ ਹੈਗੀ ਵਿੱਚ ਘੱਟੋ ਘੱਟ 5-6 ਫੁੱਟ ਦੀ ਤੰਗ ਹੈਗੀ ਵੱਡੀ ਅਤੇ ਪਤੰਗ ਵਾਧੂ ਆ ਗਿਆ ਹੈਗਾ ਮੂਸੇ ਵਾਲਾ ਅਤੇ ਨਾਲ ਹੀ ਉਹਦੇ ਦੂਜਾ ਸਿੰਪਲ ਜਿਹੜਾ ਲਖਨਊ ਕਾਟ 'ਚ ਹੁੰਦਾ ਤਾ ਦੂਜਾ ਉਹ ਭਰੀ ਆਈ ਬਾਕੀ ਆਹ ਦੇਖੋ ਮੀਂਹ ਮਾੜਾ ਮੋਟਾ ਜਿਹਾ ਬੱਦਲ ਜਿਹਾ ਬਣਿਆ ਹੋਇਆ ਹੈਗਾ ਬਾਕੀ ਦੇਖੋ ਅੱਜ ਜਾਮ ਜੂਮ ਤਾਂ ਘੱਟ ਹੀ ਹੈਗਾ ਅਤੇ ਮੀਂਹ ਪੈਣ ਲੱਗਾ ਕਰਕੇ ਆ ਪਤੰਗ ਸਾਹਮਣੇ ਪੈ ਗਏ ਅਤੇ ਬਾਕੀ ਦੂਜਾ ਵੇਚ ਲੱਗ ਗਈ ਦੁਕਾਨ ਇੱਕ ਤੁਹਾਨੂੰ ਦੱਸਾਂ ਇੱਕ ਆਹ ਵਾਲਾ ਪਤੰਗ ਜਿਹੜਾ ਹੈਗਾ ਇਹ ਗਾਹ ਕਢਾ ਕੇ ਗਿਆ ਗਏ ਬਾਅਦ 'ਚ ਲੱਗੇ ਜਦੋਂ ਮੀਂਹ ਪੈਣ ਲੱਗੇ ਤਾਂ ਸ਼ਾਇਦ ਹੀ ਆਵੇ ਅਤੇ ਬਾਕੀ ਆਹ ਵਾਲੇ ਪਤੰਗ ਵੀ ਕਿਸੇ ਦੇ ਕੱਢੇ ਹੋਏ ਅਤੇ ਗੱਟੂ ਅੱਜ ਵਧੀਆ ਵਿਕੀ ਜਾਂਦੇ ਹੈਗੇ ਜਿਹੜੇ ਧਾਗੇ ਵਾਲੇ ਹੈਗੇ ਕੋਈ ਪਲਾਸਟਿਕ ਦੀ ਤਾਂ ਜਮ੍ਹਾਂ ਹੀ ਬੰਦ ਹੋ ਗਈ ਬਾਜ਼ਾਰ ਦੇ ਵਿੱਚ ਕਿਤੇ ਨਹੀਂ ਮਿਲਦੀ ਪਈ ਹੁਣ ਤਾਂ ਇਸ ਕਰਕੇ ਗੱਟੂ ਧਾਗੇ ਵਾਲੇ ਵਧੀਆ ਵਿਕੀ ਜਾਂਦੇ ਆ ਅਤੇ ਕੁਛ ਮਾਲ ਦੇਖੋ ਬਹੁਤ ਆਈਟਮਾਂ ਸ਼ੋਰਟ ਵੀ ਹੋ ਗਈਆਂ ਅਤੇ ਆਪਣੇ ਆਹ ਮੂਸੇ ਵਾਲਾ ਪਤੰਗ ਮੈਂ ਤੁਹਾਨੂੰ ਦਿਖਾਇਆ ਜਿਹੜੀ ਤੰਗ ਹੁਣ ਮੈਂ ਪਹਿਲਾਂ ਦਿਖਾਈ ਸੀ ਕਿੰਨੀ ਵੱਡੀ ਤੰਗ ਉਹ 6 ਫੁੱਟ ਦੀ ਤੰਗ ਘੱਟੋ ਘੱਟ ਉਹ 'ਚ 2000-3000 ਪੀਸ ਹੋਊਗਾ ਪਤੰਗ ਦਾ ਅਤੇ ਇੰਨਾ ਪਤੰਗ ਹੈਗਾ ਉਹ ਤੰਗ ਕੱਲੀ ਇੱਕ 'ਚ ਮੂਸੇ ਅਤੇ ਨਾਲ ਉਹਦੇ ਦੂਜਾ ਹੈਗਾ ਪਤੰਗ ਦੂਜਾ ਨਹੀਂ ਲਖਨਊ ਕਾਟ ਜਿਹੜਾ ਹੁੰਦਾ ਉਹ ਵਾਲਾ ਪਤੰਗ ਹੈਗਾ ਅਤੇ ਬਸ ਫਿਰ ਇਹ ਵਾਲਾ ਪਤੰਗ ਹੈਗਾ ਆ ਗਿਆ ਹੈਗਾ ਮਤਲਬ ਬਸੰਤ ਲਈ ਸਪੈਸ਼ਲ ਮੰਗਾਇਆ ਹੈਗਾ ਕਿਉਂਕਿ 10 ਸਾਲਾਂ ਤੁਹਾਨੂੰ ਪਤਾ ਵਰਾਇਟੀ ਕਿੰਨੇ ਚਿਰ ਖਤਮ ਹੋਈ ਜਗ੍ਹਾ ਵਿਹਲੀ ਹੋਈ ਵੀ ਸੀਗੀ ਅਤੇ ਉਹ ਜਗ੍ਹਾ ਕਰ ਲਈ ਅਤੇ ਹੁਣ ਤੁਸੀਂ ਆਹ ਵੇਖੋ ਹੁਣ ਕੁਛ ਇੱਦਾਂ ਦਾ ਲੱਗਦੀ ਦੁਕਾਨ ਤੁਹਾਨੂੰ ਮੈਂ ਇੱਧਰ ਦਿਖਾਉਂਦਾ ਮੈਂ ਇਹ ਆਹ ਦੇਖੋ ਐਂ ਤੰਗ ਲੱਗਦੀ ਸਾਰਿਆਂ ਨਾਲੋਂ ਜ਼ਿਆਦਾ ਤੰਗ ਮੂਸੇ ਵਾਲੀ ਦੇਗੀ ਅਤੇ ਦੇਖੋ ਲੱਗਦੀ ਵੀ ਪਤਾ ਲੱਗਦੀ ਪਤੰਗ ਹੈਗਾ ਅਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਅਤੇ ਬਾਕੀ ਵੀ ਦੁਕਾਨ 'ਤੇ ਕਰਿਆ ਕਿ ਤੁਸੀਂ ਵਿਜ਼ਿਟ ਜ਼ਰੂਰ ਕਰੋ ਪਤੰਗ ਕਾਫੀ ਤਰ੍ਹਾਂ ਦਾ ਆਇਆ ਵੱਡੀਆਂ ਫੈਂਸੀ ਆਈਟਮਾਂ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਸੱਪ ਵਾਲੀ ਵੱਡੀਆਂ ਮਿਲ ਜਾਣੀ ਤੁਸੀਂ ਆ ਕੇ ਜ਼ਰੂਰ ਦੇਖੋ ਇੱਕ ਵਾਰੀ ਅਤੇ ਡੋਰ ਧਾਗੇ ਵਾਲੀ ਵਰਤਿਆ ਕਰੋ ਅਤੇ ਹੁਣ ਆਪਾਂ ਨੰਨੂ ਨੂੰ ਸ਼ੁਰੂ ਤੋਂ ਲੈ ਚੱਲੇ ਅਤੇ ਐਕਚੁਅਲ ਆਪਣੀ ਦੁਕਾਨ 'ਤੇ ਆਏ ਵੀ ਸੀਗੇ ਇੱਕ ਨਾਮ ਗਾਹਕ ਵੀ ਆਏ ਸੀ ਉਹ ਵੀ ਵੀਡੀਓ ਬਣਾਈ ਜਾਂਦੇ ਯੂਟਿਊਬ ਵਾਸਤੇ ਆਪਣੇ ਚੈਨਲ ਲਈ ਉਹ ਵੀਡੀਓ ਹੈ ਗਾਹਕ ਆਪਣੇ ਟਾਈਮ ਹੋਇਆ ਰਹੇਗਾ ਅਤੇ ਉਹ ਬਚ ਗਏ ਕਿ ਬੱਚੇ ਰਸਤਾ ਦਿਖਾਉਂਦਾ ਕਿੱਦਾਂ ਦਾ ਆਹ ਦੇਖੋ ਆ ਕਚਹਿਰੀਆਂ ਆਪਣੇ ਬਾਕੀ ਜਿਹੜੀ ਕਚਹਿਰੀਆਂ ਉਹ ਦਿਖਾਂ ਉਹ ਨੰਨੂ ਸਕੂਲ ਅੱਗੇ ਆ ਗਿਆ ਬਸ ਔਰ ਨੰਨੂ ਸਕੂਲ ਹੈਗਾ ਬਸ ਉੱਥੇ ਜਾ ਕੇ ਨੰਨੂ ਨੇ ਅੱਗੇ ਬਿਠਾ ਲਿਆ ਸਕੂਲ ਉੱਪਰ ਫਿਰ ਆਪਾਂ ਜਾਂਦੇ ਦੁਕਾਨ 'ਤੇ ਅਤੇ ਵੇਖਦੇ ਜੇ ਉਹ ਗਾਹਕ ਹੋਇਆ ਤਾਂ ਉਹਨਾਂ ਨਾਲ ਵੀ ਆਪਾਂ ਵੀਡੀਓ ਸ਼ੂਟ ਕਰਦੇ ਰਹੇ ਜੋ ਸਾਰੇ ਖੇਡੀ ਜਾਂਦੇ ਆ ਦੇਖੋ ਜਵਾਕ ਸਾਰੇ ਲੱਗੇ ਪਏ ਅਤੇ ਨੰਨੂ ਵੀ ਉਹ ਕਹਿੰਦਾ ਮੈਨੂੰ ਕਹਿੰਦਾ ਰਿਸੈਪਸ਼ਨ 'ਚ ਜਾ ਕੇ ਪੁੱਛਿਆ ਪਹਿਲੋ ਫਿਰ ਚੱਲਦੇ ਤਾਂ ਆ ਵੇਖੋ ਜਵਾਕ ਜੋ ਸਾਰੇ ਖੇਡੀ ਜਾਂਦੇ ਹੈਗੇ ਆ ਅਤੇ ਆ ਨੰਨੂ ਸਕੂਲ ਹਾਰਵਰਡ ਜਿਹਨੂੰ ਹੱਡ ਵੱਡ ਵੀ ਕਹਿ ਲਓ ਅਤੇ ਆ ਜਵਾਕ ਲੱਗੇ ਹੋਏ ਝੰਡੇ ਲਾਉਣ ਨੂੰ ਕਿਉਂਕਿ 26 ਜਨਵਰੀ ਹੈਗੀ ਨਾ ਪਰਸੋਂ ਨੂੰ ਪਤਾ ਨਹੀਂ ਹੁਣ ਕਾਹਦੀ ਗੇਮ ਖਿਡਾਈ ਜਾਂਦੀ ਸਰਕਲ ਜਿਹਾ ਬਣਾ ਕੇ ਜਵਾਕਾਂ ਦਾ ਪਤਾ ਨਹੀਂ ਕਿਹੜੀ ਗੇਮ ਹੈਗੀ ਆ ਦੇਖੋ ਅਤੇ ਇਹਨਾਂ ਨੂੰ ਪਤਾ ਨਹੀਂ ਕਿੱਧਰ ਭੱਜ ਗਿਆ ਕਿ ਨੰਨੂ ਇੱਥੇ ਕਿਤੇ ਖੇਡਦੇ ਮੈਨੂੰ ਕਹਿੰਦਾ ਰਿਸੈਪਸ਼ਨ 'ਚ ਆ ਆਹ ਪਤਾ ਨਹੀਂ ਕਿੱਧਰ ਚਲਾ ਗਿਆ ਮੈਨੂੰ ਦਿਖਾਵਾਂ ਤੁਹਾਨੂੰ ਉਹ ਲਾਈਨ ਦੇ ਵਿੱਚ ਖੜਾ ਹੈਗਾ ਵਿਚਾਲੇ ਅਤੇ ਲਾਸਟ ਵਿਚਾਲੇ ਖੜਾ ਹੈਗਾ ਅਤੇ ਆਹ ਦੇਖੋ ਸਕੂਲ ਕੁਛ ਇੱਦਾਂ ਸਕੂਲ ਲੱਗਿਆ ਹੋਇਆ ਹੈਗਾ ਬਾਕੀ ਨੰਨੂ ਹੁਣ ਅੰਦਰ ਫੇਰ ਚਲਾ ਗਿਆ ਹੈਗਾ ਬੈਗ ਤਾਂ ਮੈਂ ਲਿਆਂਦਾ ਉਹਦਾ ਦੇਖੋ ਬੈਗ ਲਿਆਂਦਾ ਬਾਕੀ ਉਹ ਬੋਤਲ ਲੈਣਾ ਅੰਦਰ ਪੁੱਛ ਚਲਾ ਗਿਆ ਬੋਤਲ ਉਹ ਅੰਦਰ ਹੀ ਭੁੱਲ ਗਿਆ ਅਤੇ ਬੋਤਲ ਹੁਣ ਲੈ ਕੇ ਆਉਂਦਾ ਹੈਗਾ ਫਿਰ ਆਪਾਂ ਚੱਲਦੇ ਹੋ ਦੁਕਾਨ 'ਤੇ ਅਤੇ ਆਪਣੇ ਪਾਸ ਦੁਕਾਨ 'ਤੇ ਕਿਤਨੀ ਹੈ ਫਲੈਗ ਤੋਂ
हैं ऐसे वाले मंगवाएंगे, अब की बार ऐसे वाले ही आने हैं फ्लैग। ठीक है फीता बांध ले पहले, फीता बांध और नन्नू हम लेके चले गए दुकान पर। ਆਹ ਮੁੰਡੇ ਲੱਗੇ ਪਏ ਵੀਡੀਓ ਬਣਾਉਣ ਤੇ, ਤੇ ਚੈਨਲ ਦੱਸੋ ਵੀ ਕਿਹੜਾ ਹੈਗਾ ਤੁਹਾਡਾ ਨਾਮ? ਬਾਕੀ ਮੈਂ ਤੁਹਾਨੂੰ ਇਹਨਾਂ ਡਿਸਕ੍ਰਿਪਸ਼ਨ ਤੇ ਇਹਨਾਂ ਲਿੰਕ ਵੀ ਦੇ ਦੂ, ਇਹਨਾਂ ਚੈਨਲ ਦਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੱਧ ਤੋਂ ਵੱਧ, ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਯਾਰ, ਸ਼ੇਅਰ ਸ਼ੁਅਰ ਕਰੋ ਇਹਨਾਂ ਨੂੰ। ਇਹਦੀ ਵਰਾਇਟੀ ਕਿੱਦਾਂ ਹੀ ਲੱਗੀ ਹੁਣ ਤੁਹਾਨੂੰ? ਇਹ ਵੀ ਬੰਦਾ ਵਲੋਗਿੰਗ ਕਰਦਾ, ਐਡਰੈਸ ਹੈਗਾ ਨਿਹਾਲ ਸਿੰਘਾ ਰੋਡ ਬਾਘਾ ਪੁਰਾਣਾ, ਤੇ ਬੰਦਾ ਆ ਵੀ ਵੀਡੀਓ ਬਣਾਈ, ਇੱਧਰੋਂ ਮੇਰਾ ਕੈਮਰਾ ਵੀ ਚਾਲੂ ਹੀ ਆ, ਤੇ ਮੋਗਾ ਰੋਡ 'ਤੇ ਆਪਣੀ ਕਿਤਾਬ ਦੁਕਾਨ। ਬਾਕੀ ਤੁਸੀਂ ਮੇਰਾ ਵਲੋਗ ਦੇਖਦੇ ਹੋ ਤਾਂ ਤੁਹਾਨੂੰ ਪਤਾ ਹੀ ਹੋਊਗਾ, ਬਾਕੀ ਇਹਨਾਂ ਡਿਸਕ੍ਰਿਪਸ਼ਨ 'ਤੇ ਲਿੰਕ ਵੀ ਦੇਣਾ, ਸਾਰਾ ਐਡਰੈਸ ਦੱਸ ਦਾਂਗੇ, ਉੱਥੇ ਆ ਕੇ ਤੁਸੀਂ ਇੱਕ ਵਿਜ਼ਿਟ ਜ਼ਰੂਰ ਕਰਨਾ, ਪਤਾ ਤੁਹਾਨੂੰ ਕਾਫੀ ਤਰ੍ਹਾਂ ਦੀ ਵਰਾਇਟੀ ਮਿਲ ਜਾਣੀ, ਸਾਰੀ ਤਰ੍ਹਾਂ ਟੋਟਲ ਜਿੰਨੀ ਤੁਸੀਂ ਕਹੋਗੇ ਸਾਰੀ। ਬਾਕੀ ਪਤੰਗ ਇਹਨਾਂ ਨੇ ਕਢਾ ਲਏ, ਹੁਣ ਇਹਨਾਂ ਬਿੱਲ ਵਗੈਰਾ ਬਣਾਉਂਦੇ ਅਤੇ ਇਹਨਾਂ ਡੋਰ ਦਿੰਦੇ ਆਪਾਂ ਧਾਗੇ ਵਾਲੀ, ਜਿਹੜੀ ਮੈਂ ਤੁਹਾਨੂੰ ਦਿਖਾਉਂਦਾ ਹੁੰਦਾ ਰੈੱਡ ਪਾਂਡਾ, ਇਹ ਵਾਲੀ ਡੋਰ ਇਹਨਾਂ ਨੂੰ ਦੇਵਾਂਗੇ ਇੱਕ ਗੱਟੂ, ਜੇ ਲਿਆ ਤਾਂ ਇਹਨਾਂ ਨੇ। ਅਤੇ ਇੱਕ ਬਾਈਆਂ ਨੂੰ ਆਹ ਪਤੰਗ ਮੈਂ ਦਿਖਾਇਆ ਹੈਗਾ, ਇੱਕ ਸ਼ੌਂਕ ਕਬੂਤਰ ਬਾਜੀ ਦਾ, ਇਹ ਵੀ ਇਹਨਾਂ ਨੂੰ ਕੱਢ ਕੇ ਦਿੱਤਾ ਹੈਗਾ ਪਤੰਗ, ਯੈਲੋ ਕਲਰ 'ਚ ਨਾਲੇ ਕਾਫੀ ਜ਼ਿਆਦਾ ਸ਼ਾਈਨਿੰਗ ਆ, ਇਹ ਇਹਨਾਂ ਨੂੰ ਹੁਣ ਦਿੱਤਾ ਹੈਗਾ ਅਤੇ ਇਹ ਇਹਨਾਂ ਨੂੰ ਕੱਢਦੇ ਨੇ, ਚਾਰ ਪਤੰਗ ਇਹਨਾਂ ਨੂੰ ਕੱਢੇ ਹੈਗੇ ਆ, ਅਤੇ ਬਾਕੀ ਕੁਛ ਇਹ ਕੱਢੀ ਜਾਂਦੇ ਪਤੰਗ, ਇੱਕ ਕਰੀ ਕੱਢ ਕੁੱਢ ਲੈਣ, ਉਸ ਤੋਂ ਬਾਅਦ ਆਪਾਂ ਇਹਨਾਂ ਦੇ ਬਿੱਲ ਵਗੈਰਾ ਬਣਾ ਕੇ ਅਤੇ ਬਈ ਹੁਣ ਦੋਨੇ ਦੁਕਾਨਾਂ ਵਧਾ ਕੇ ਹੁਣ ਆਪਾਂ ਆ ਗਏ ਘਰੇ, ਅਤੇ ਆਰਾਮ ਨਾਲ ਹੁਣ ਮੈਂ ਹੁਣੇ ਆ ਕੇ ਜਸਟ ਬੈਠਾਂਗਾ। ਅਤੇ ਬਾਕੀ ਰਹੀ ਗੱਲ ਅੱਜ ਦਾ ਵਲੋਗ, ਤੁਹਾਨੂੰ ਕਾਫੀ ਵਧੀਆ ਲੱਗਿਆ ਹੋਈ ਅਤੇ ਵਧੀਆ ਲੱਗਾ ਵਲੋਗ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਆਪਣੀ ਲਾਸਟ ਵਾਲੀ ਗੱਲ ਉਹੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੀਡੀਓ ਨੂੰ ਲਾਈਕ ਕਰ ਦਿਉ, ਅਤੇ ਵਧੀਆ ਵਲੋਗ ਲੱਗਦੇ ਹੈਗੇ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਅਤੇ ਨਾਲ ਦੇ ਦਿੱਤੇ ਗਏ ਬੈੱਲ ਆਈਕਨ ਨੂੰ, ਅਤੇ ਨਾਲ ਹੀ ਦਿੱਤੇ ਗਏ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ, ਜੋ ਕਿ ਅਸੀਂ ਇਹੋ ਜਿਹੇ ਆਪਣੇ ਵਧੀਆ ਵਧੀਆ ਵਲੋਗ ਤੁਹਾਨੂੰ ਸਾਰਿਆਂ ਨਾਲੋਂ ਪਹਿਲਾਂ ਦੇਖਣ ਨੂੰ ਮਿਲ ਜਾਣ। ਸੋ ਅੱਜ ਦਾ ਵਲੋਗ ਆਪਾਂ ਇੱਥੇ ਐਂਡ ਕਰਦੇ, ਅਤੇ ਐਂਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਉਹੀ ਆਪਣਾ ਲਾਸਟ ਵਾਲਾ ਕੰਮ, ਵੀਡੀਓ ਐਡਿਟ ਕਰਕੇ ਹੀ ਆਪਾਂ ਸੋਣਾ ਹੈਗਾ, ਇਸ ਕਰਕੇ ਪਹਿਲਾਂ ਆਹ ਵਲੋਗ ਵਾਲੀ ਵੀਡੀਓ ਐਡਿਟ ਕਰਾਂਗੇ, ਫਿਰ ਉਸ ਤੋਂ ਬਾਅਦ ਆਪਾਂ ਸੋਵਾਂਗੇ।